ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਵਿਦਿਆਰਥੀਆਂ ਵੱਲੋਂ ਵੱਖ-ਵੱਖ ਉੱਚ ਸਿਖਲਾਈ ਕੇਂਦਰਾਂ ਵਿੱਚ ਸਕੂਲੀ ਵਿਦਿਆਰਥੀਆਂ ਦੇ ਸਿੱਖਿਅਕ ਦੌਰਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ ਕੌਰਜੀਵਾਲਾ ਰਣਵੀਰਪੁਰਾ ਦੇ ਵਿਦਿਆਰਥੀਆਂ ਵੱਲੋਂ ਸਰਕਾਰੀ ITI ਪਟਿਆਲਾ ਵਿਖੇ ਵੱਖ-ਵੱਖ ਕਿੱਤਿਆਂ ਅਤੇ ਅਗਲੇਰੀ ਸਿੱਖਿਆ ਦੀ ਜਾਣਕਾਰੀ ਲੈਣ ਲਈ ਦੌਰਾ ਕੀਤਾ ਗਿਆ। ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਵੱਲੋਂ ITI ਵਿੱਚ ਚੱਲ ਰਹੇ ਵੱਖ-ਵੱਖ ਕੋਰਸਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਨਾਲ ਹੀ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੂੰ NCC NSS ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਅੱਜ ਸਰ ਰਣਵੀਰਪੁਰਾ ਸਕੂਲ ਤੋਂ ਬੱਚੇ ਆਏ ਨੇ ਸਾਡੇ ਕੋਲ ਜੀ ਵਿਜ਼ਿਟ ਕਰਨ, ਜਿਹੜਾ ਕੋਈ ਸਨਮਾਨਯੋਗ ਸਰਕਾਰ ਵੱਲੋਂ ਮੈਸੇਜ ਹੈ ਵੀ ਬੱਚਿਆਂ ਨੂੰ ਜਿਹੜੇ ਸਕੂਲ ITI ਦਾ ਵਿਜ਼ਿਟ ਕਰਵਾਇਆ ਜਾਵੇ ਤਾਂ ਕਿ ਉਹ ਟੈਕਨੀਕਲ ਐਜੂਕੇਸ਼ਨ ਨਾਲ ਜਾਣੂ ਹੋ ਜਾਣ ਜੀ। ਅਤੇ ਬੱਚੇ ਆਏ ਨੇ ਸਰ ਸਾਡੇ ਕੋਲ ਜਿੰਨੇ ਕੋਰਸ ਚੱਲਦੇ ਨੇ ਸਾਰਿਆਂ ਬਾਰੇ ਬੇਸਿਕ ਜਾਣਕਾਰੀ ਕੀ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ, ਬੱਚੇ ਕਿਸ ਤਰ੍ਹਾਂ ਐਂਟਰ ਹੋ ਸਕਦੇ ਨੇ ਜੀ, ਅਤੇ ਸਾਡੀਆਂ ਜਿਹੜੀਆਂ ਸੰਸਥਾ ਦੀਆਂ ਹੋਰ ਗਤੀਵਿਧੀਆਂ ਨੇ ਜੀ, NCC ਹੈ, NSS ਹੈ, ਉਹਦੇ ਬਾਰੇ ਜਾਣਕਾਰੀ ਅਤੇ ਸਮਾਜ ਸੇਵਾ ਲਈ ਜੋ ਬੱਚੇ ਅੱਗੇ ਯੋਗਦਾਨ ਪਾ ਸਕਦੇ ਨੇ। ਹਰ ਇੱਕ ਬੱਚਾ ਅੱਜ ਕੱਲ੍ਹ ਕਹਿੰਦਾ ਵੀ ਮੈਂ ਆਈਲੈਟਸ ਕਰਾਂ ਅਤੇ ਬਾਹਰ ਚਲਿਆ ਜਾਵਾਂ ਜੀ, ਅਤੇ ਉਹਦੇ ਲਈ ਬੱਚਿਆਂ ਨੂੰ ਅਸੀਂ ਉਰੇ ਪੂਰਾ ਡੀਪਲੀ ਦੱਸ ਰਹੇ ਹਾਂ ਵੀ ਇੱਥੇ ਬਹੁਤ ਕੁਛ ਹੈ, ਬਹੁਤ ਰੁਜ਼ਗਾਰ ਹੈ ਜੇ ਤੁਸੀਂ ਉਸਦੇ ਕਾਬਲ ਹੋ ਸਕਦੇ ਹੋ, ਅਤੇ ਉਹਦੇ ਕਰਕੇ ਬੱਚਿਆਂ ਨੂੰ ਉਹਨਾਂ ਚੀਜ਼ਾਂ ਨਾਲ ਜਾਣੂ ਕਰਵਾਇਆ ਗਿਆ ਜੀ। ਅਤੇ ਜੋ ਸਟਾਫ ਲੈ ਕੇ ਆਇਆ ਜੀ, ਬੱਚੇ ਲੈ ਕੇ ਆਏ ਨੇ, ਬਹੁਤ ਸੰਸੀਅਰ ਬੱਚੇ ਨੇ, ਅੱਛੇ ਤਰੀਕੇ ਨਾਲ ਸੁਣ ਰਹੇ ਨੇ ਜੀ, ਨੋਟ ਕਰ ਰਹੇ ਨੇ ਪੁਆਇੰਟ ਕੁਛ ਬਹੁਤ ਸਾਰੇ, ਅਤੇ ਇਹਨਾਂ ਨੂੰ ਉਰੇ ਆ ਕੇ ਬਹੁਤ ਉਤਸ਼ਾਹ ਮਿਲਿਆ। ਬੱਚੇ ਦੱਸ ਰਹੇ ਨੇ ਜੀ ਵੀ ਸਾਨੂੰ ਸਾਡਾ ਜਿਹੜਾ ਐਨਰਜੀ ਲੈਵਲ ਅੱਪ ਹੋਇਆ ਜੀ। ਕਿੰਨੇ ਕੁ ਸਕੂਲ ਹੁਣ ਤੱਕ ਵਿਜ਼ਿਟ ਕਰ ਚੁੱਕੇ ਨੇ ਜੀ? ਸਰ ਹੁਣ ਤੱਕ ਜੀ ਇਹ 46ਵਾਂ ਸਕੂਲ ਹੈ ਜੀ, 45 ਸਕੂਲ ਇਸ ਤੋਂ ਪਹਿਲਾਂ ਆ ਚੁੱਕੇ ਨੇ ਸਾਡੇ ਕੋਲ ਜੀ, ਅਲੱਗ ਅਲੱਗ ਜਗ੍ਹਾ ਤੋਂ। ਅਤੇ ਲੱਗਦਾ ਜੀ ਇਹਦਾ ਬੜਾ ਅੱਛਾ ਪ੍ਰਭਾਵ ਰਹੇਗਾ ਜੀ? ਬਹੁਤ ਰਹੇਗਾ ਸਰ, ਕਈ ਬੱਚਿਆਂ ਨੂੰ ਤਾਂ ਪਤਾ ਨਹੀਂ ਸਰ ਵੀ ITI ਦੇ ਵਿੱਚ ਕੀ ਹੁੰਦਾ ਜਾਂ ITI ਡਿਪਾਰਟਮੈਂਟ ਕੀ ਤਿਆਰ ਕਰਦਾ, ਉਹਦੀ ਪ੍ਰੋਡਕਸ਼ਨ ਕੀ ਹੈ, ਕਿੱਥੇ ਜਾਂਦੇ ਨੇ ਲੋਕ ਉੱਥੋਂ। ਅਤੇ ਇਸ ਤਰ੍ਹਾਂ ਵੀ ਹੈ ਜੀ ਵੀ ITI ਤਾਂ ਮੇਨ ਇੱਕ ਤਰ੍ਹਾਂ ਦਾ ਗਰਾਸ ਰੂਟ ਲੈਵਲ ਦਾ ਜਿਹੜਾ ਜੀ ਸਰ ਪ੍ਰੋਡਕਸ਼ਨ ਹੈ, ਸਭ ਤੋਂ ਜ਼ਰੂਰਤ ਇਹਦੀ ਪੈਂਦੀ ਹੈ ਜੀ? ਹਾਂਜੀ ਹਾਂਜੀ, ਸੂਈ ਤੋਂ ਲੈ ਕੇ ਜਹਾਜ਼ ਤੱਕ ਜੋ ਵੀ ਪਾਰਟ ਬਣਦੇ ਨੇ ਸਰ ਉਹ ਇੰਡਸਟਰੀ ਦੇ ਵਿੱਚ ਹੀ ਬਣਦੇ ਨੇ ਜੀ। ਇੰਡਸਟਰੀ ਦਾ ਜਿਹੜਾ ਬੇਸਿਕ ਹੈ ਉੱਥੇ ITI 'ਚ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਸਿਖਾਇਆ ਜਾਂਦਾ ਜੀ। ਸਭ ਤੋਂ ਵੱਡੀ ਗੱਲ ਇਹ ਹੈ ਸਰ, ਸਾਡੀ ITI ਵਿੱਚ ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ, ਸੁਜ਼ੂਕੀ, ਮਾਰੂਤੀ, ਹੌਂਡਾ, ਜੈਗਵਾਰ, ਜਿਹੜੀਆਂ ਅੱਛੀਆਂ ਕੰਪਨੀਆਂ, ਨਾਮੀ ਕੰਪਨੀਆਂ ਨਾਲ ਜੁੜੀਆਂ ਹੋਈਆਂ ਨੇ ਜੀ। ਪਹਿਲਾਂ ਫਸਟ ਪ੍ਰੈਫਰੈਂਸ ਉਹ ਬੱਚਿਆਂ ਨੂੰ ਉਹ ਲੈਂਦੇ ਨੇ, ਹੌਂਡਾ ਕੰਪਨੀ ਜੁੜੀ ਹੋਈ ਹੈ ਜੀ, ਅਤੇ RAC ਲਈ ਗੋਦਰੇਜ ਕੰਪਨੀ ਜੁੜੀ ਹੋਈ ਹੈ ਜੀ, ਅਤੇ ਪਹਿਲਾਂ ਕਹਿੰਦੇ ਨੇ ਵੀ ਸਾਨੂੰ ਬੱਚੇ ਸਾਨੂੰ ਦਿਓ ਜੀ। ਬੱਚੇ ਦੇ ਰੁਜ਼ਗਾਰ ਦਾ ਸਰ 100% ਚਾਂਸ ਹੈ ਜੇ ਬੱਚਾ ਆਪਣੇ ਪ੍ਰਤੀ 1% ਵੀ ਸੰਸੀਅਰ ਹੈ, ਰੁਜ਼ਗਾਰ ਲੈ ਕੇ ਜਾਂਦਾ ਜੀ। ਮੇਰਾ ਨਾਮ ਪ੍ਰਭਜੋਤ ਸਿੰਘ ਹੈ, ਅਸੀਂ 10ਵੀਂ ਜਮਾਤ ਦੇ ਵਿਦਿਆਰਥੀ ਹਾਂ ਅਤੇ ਅਸੀਂ ਸਰਕਾਰੀ ਹਾਈ ਸਕੂਲ ਰਣਵੀਰਪੁਰਾ ਦੇ ਵਿੱਚੋਂ ਆਏ ਹਾਂ। ਅਸੀਂ ਉਰੇ ITI ਪਟਿਆਲਾ ਵਿਜ਼ਿਟ ਕਰਨ ਆਏ ਹਾਂ, ਜੋ ਕਿ ਉਰੇ ਸਾਨੂੰ ਅਸੀਂ ਬਹੁਤ ਸਾਰੇ ਇਵੈਂਟਸ ਅਤੇ ਕੋਰਸ ਦੇਖੇ ਅਤੇ ਉਹ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਉਹ ਹੋ ਰਿਹਾ ਕਿ ਉਰੇ ਬੱਚੇ ਕਿੰਨੀ ਸ਼ਿੱਦਤ ਦੇ ਨਾਲ ਪੜ੍ਹ ਰਹੇ ਨੇ ਅਤੇ ਆਪਣੇ ਕੋਰਸਿਸ ਨੂੰ ਇੰਜੋਏ ਕਰਦੇ ਹੋਏ ਨਾਲ ਦੀ ਨਾਲ ਪੜ੍ਹਾਈ ਵੀ ਕਰ ਰਹੇ ਨੇ। ਅਤੇ ਅਸੀਂ ਹੁਣ ਉਰੇ NCC ਦੇ ਉਹ ਦੇਖੇ ਨੇ ਅਤੇ ਜਿਹੜੇ ਕੈਡੇਟਸ ਨੇ ਉਹਨਾਂ ਨੇ ਬਹੁਤ ਹੀ ਅੱਛਾ ਪਰਫੋਰਮ ਕਰਕੇ ਦਿਖਾਇਆ। ਸਾਨੂੰ ਇਹ ਦੇਖ ਕੇ ਬਹੁਤ ਹੋ ਰਹੀ ਹੈ ਕਿ ਅੱਗੇ ਸਾਡੇ ਯੂਥ ਨੂੰ ਕਿੰਨੀ ਅਪਰਚੁਨਿਟੀਜ਼ ਮਿਲ ਰਹੀਆਂ ਨੇ ਪਲੱਸ 1 ਪਲੱਸ 2 ਦੇ ਵਿੱਚ। ਇੱਥੇ ਬਹੁਤ ਸਾਰੇ ਕੋਰਸਿਸ ਨੇ ਤਾਂ ਇਸ ਤੋਂ ਇਹ ਕਿ ਮਤਲਬ ਉਰੇ ਤੋਂ ਕੋਰਸ ਕਰਕੇ ਕੋਈ ਵੀ ਇਨਸਾਨ ਆਪਣਾ ਰੋਜ਼ਗਾਰ, ਆਪਣਾ ਇੰਪਲੋਇਮੈਂਟ ਉਹ ਨਹੀਂ ਕਰ ਸਕਦਾ, ਕੋਈ ਵੀ ਅਨਇੰਪਲੋਇਡ ਨਹੀਂ ਰਹਿ ਸਕਦਾ, ਹਰ ਕੋਈ ਆਪਣਾ ਆਪਣਾ ਕੋਈ ਕੰਮ ਕਰ ਸਕਦਾ ਹੈ, ਕੋਈ ਗਵਰਨਮੈਂਟ ਜੋਬ ਲਈ ਅਪਲਾਈ ਕਰ ਸਕਦਾ ਹੈ। ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ, ਮੈਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ। ਇੱਥੇ ਮੇਰੇ ਨਾਲ ਮੇਰੇ ਸਕੂਲ ਦੇ ਵਿਦਿਆਰਥੀ ਵੀ ਹਨ, ਜੋ ਕਿ ਅਸੀਂ ਇੱਥੇ ITI ਪਟਿਆਲਾ ਵਿਜ਼ਿਟ ਕਰਨ ਆਏ ਹਾਂ। ਇੱਥੇ ਬੱਚਿਆਂ ਨੂੰ ਬਹੁਤ ਸਾਰੇ ਬੈਨੀਫਿਟਸ ਵੀ ਮਿਲਦੇ ਨੇ, ਜਿਵੇਂ ਕਿ ਅਸੀਂ ਦੇਖਿਆ ਹੀ, ਅਸੀਂ ਬਹੁਤ ਸਾਰੀਆਂ ਚੀਜ਼ਾਂ ਵੀ ਘੁੰਮੀਆਂ ਇੱਥੇ। ਅਸੀਂ ਇੱਥੇ ਬਹੁਤ ਸਾਰੇ ਕੋਰਸਿਸ ਵੀ ਦੇਖੇ ਨੇ, ਜਿਸ ਦੇ ਨਾਲ ਪਲੱਸ 1 ਪਲੱਸ 2 ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਨੌਕਰੀਆਂ ਵੀ, ਗਵਰਨਮੈਂਟ ਜੋਬਸ ਵੀ ਮਿਲ ਸਕਦੀਆਂ ਨੇ। ਨਾਮ ਹਰਮਨ ਕੌਰ ਹੈ, ਮੈਂ ਗਵਰਨਮੈਂਟ ਹਾਈ ਸਮਾਰਟ ਸਕੂਲ ਰਣਵੀਰਪੁਰਾ ਤੋਂ ਆਈ ਹਾਂ। ਮੇਰੇ ਨਾਲ ਮੇਰੇ ਬਹੁਤ ਸਾਰੇ ਫਰੈਂਡਸ ਵੀ ਆਏ ਨੇ। ਅਸੀਂ ITI ਪਟਿਆਲਾ ਇੱਥੇ ਵਿਜ਼ਿਟ ਕਰਨ ਆਏ, ਇੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ।